ਮਾਈ ਪੰਜਾਬ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਮੈਡਮ ਕੋਮਲ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਜੋ ਅਵੈਧ ਰੂਪ ਨਾਲ ਲੋਕਾਂ ਨੇ ਆਪਣੇ ਕਬਜ਼ੇ ਕੀਤੇ ਹੋਏ ਸੀ ਅਤੇ ਆਪਣੀਆਂ ਦੁਕਾਨਾਂ ਬਣਾਈਆਂ ਹੋਈਆਂ ਸਨ, ਧਰਮਿੰਦਰ ਸਿੰਘ ਲੈਂਡ ਆਫ ਅਫਸਰ ਰਾਜਕੁਮਾਰ ਲੈਂਡ ਇੰਸਪੈਕਟਰ ਨੇ ਆਪਣੀ ਪੂਰੀ ਟੀਮ ਦੇ ਨਾਲ ਸ਼ਹਿਰ ਦੇ ਜਿਨ੍ਹਾਂ ਹਿੱਸਿਆਂ ਵਿੱਚ ਲੋਕਾਂ ਨੇ ਅਵੈਧ ਰੂਪ ਨਾਲ ਕਬਜ਼ੇ ਕੀਤੇ ਹੋਏ ਸਨ ਅਤੇ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ, ਉਹਨਾਂ ਉੱਪਰ ਸਖ਼ਤ ਕਾਰਵਾਈ ਕਰਦੇ ਹੋਏ ਪੀਲਾ ਪੱਜਾ ਚਲਾਇਆ ਅਤੇ ਲੋਕਾਂ ਨੂੰ ਚੇਤਾਵਨੀ ਦਿੱਤੀ, ਅਗਰ ਦੁਬਾਰਾ ਵੀ ਜਨਤਾ ਗੱਲ ਨਹੀਂ ਮੰਨੇਗੀ ਤਾਂ ਉਹਨਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਮਾਈ ਪੰਜਾਬ ਲਾਈਵ ਤੋਂ ਚਮਨ ਲਾਲ ਅਤੇ ਰਾਹੁਲ ਦੀ ਰਿਪੋਰਟ। ਮੈਂ ਧਰਮਿੰਦਰਜੀਤ ਸਿੰਘ, ਸਟੇਟ ਅਪੋਜ਼ਿਟਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ। ਕਿਹੜੀ ਜਗ੍ਹਾ 'ਤੇ? ਕੁਇੰਜ ਰੋਡ 'ਤੇ ਹੀ ਸਾਨੂੰ ਪਤਾ ਲੱਗਿਆ ਸੀ ਕਿਸੇ ਨੇ ਕੋਈ ਖੋਖਾ ਲੈ ਲਿਆ, ਇਲੀਗਲ ਖੋਖਾ ਲੈ ਲਿਆ ਜੀ, ਮੰਡੇ ਨੂੰ ਲਗਾਇਆ ਸੀ ਉਹਨੇ। ਕੱਲ੍ਹ ਸਾਡੀ ਨੌਲੇਜ 'ਚ ਆ ਗਿਆ ਸੀ ਕਿਸੇ ਕਾਰਨ ਕਰਕੇ, ਕੱਲ੍ਹ ਕਾਰਵਾਈ ਨਹੀਂ ਹੋ ਸਕੀ ਅਤੇ ਇਸ ਕਰਕੇ ਅੱਜ ਕਰਦੀ ਹੈ ਜੀ। ਨਹੀਂ, ਕੋਈ ਸਾਹਮਣੇ ਕੋਈ ਨਹੀਂ ਆਇਆ ਜੀ, ਅਸੀਂ ਆਸ ਪਾਸ ਪੁੱਛਿਆ, ਉਹ ਕਹਿੰਦੇ ਵੀ ਐਤਵਾਰ ਰਾਤ ਨੂੰ ਜਾਂ ਸ਼ਨੀਵਾਰ ਰਾਤ ਨੂੰ, ਪਤਾ ਨਹੀਂ ਉਹਨਾਂ ਨੂੰ ਵੀ, ਕਿਸੇ ਨੂੰ ਪਤਾ ਨਹੀਂ ਹੈ ਕਿਉਂਕਿ ਲੋਕਡਾਊਨ ਲੱਗਿਆ ਹੁੰਦਾ, ਕੋਈ ਬਾਹਰ ਨਹੀਂ ਹੁੰਦਾ, ਅਤੇ ਸਾਡੀ ਨੌਲੇਜ 'ਚ ਕੱਲ੍ਹ ਆਇਆ ਸੀ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ? ਕਾਰਵਾਈ ਨੂੰ ਢਾਇਆ ਗਿਆ ਜੀ, ਆਪਣੀ ਜਗ੍ਹਾ ਅਸੀਂ ਜਗ੍ਹਾ 'ਤੇ ਆਪਣਾ ਕਬਜ਼ਾ ਕਰ ਲਿਆ, ਹੁਣ ਬਾਕੀ ਜਿਹੜੇ ਸੰਬੰਧਿਤ ਡਿਪਾਰਟਮੈਂਟਾਂ ਨੂੰ ਲਿਖ ਕੇ ਅਤੇ ਕਾਰਵਾਈ ਕੀਤੀ ਜਾਏਗੀ ਜੀ। ਹਾਂ, ਜੇ ਕੋਈ ਸਾਹਮਣੇ ਆਏਗਾ ਤਾਂ ਅਸੀਂ ਉੱਥੇ ਪੁਲਿਸ ਕਾਰਵਾਈ ਸ਼ੁਰੂ ਕਰਾਂਗੇ ਜੀ, ਕਿਉਂਕਿ ਉਹਨੇ ਸਰਕਾਰੀ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਹਿਰ ਵਾਸੀਆਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਕਰਾਂਗੇ ਕਿ ਥੋੜ੍ਹੇ ਜਿਹੇ ਉਹ ਵੀ ਜਾਗਰੂਕ ਰਹਿਣ, ਕਿਉਂਕਿ ਜੇਕਰ ਉਹਦੀ ਨਜ਼ਰ ਵਿੱਚ ਕਿਤੇ ਆਉਂਦਾ ਕਿ ਖਾਲੀ ਜਗ੍ਹਾ 'ਤੇ ਜਾਂ ਸਰਕਾਰੀ ਜਗ੍ਹਾ 'ਤੇ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਜੇਕਰ ਉਹ ਆਪਣਾ ਨਾਮ ਗੁਪਤ ਵੀ ਰੱਖਣਾ ਚਾਹੁੰਦਾ ਤਾਂ ਸਾਨੂੰ ਸੋਸ਼ਲ ਮੀਡੀਆ ਰਾਹੀਂ ਵੀ ਸਾਨੂੰ ਇਨਫੋਰਮ ਕਰ ਦੇ, ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ। ਬਾਕੀ ਅਸੀਂ ਵੀ, ਸਾਡੇ ਵੀ ਜਿਹੜੇ ਮੁਲਾਜ਼ਮ ਹੈਗੇ ਉਹ ਹਰ ਜਗ੍ਹਾ ਡਿਊਟੀ ਕਰਦੇ ਨੇ, ਲਗਾਉਂਦੇ ਰਹਿੰਦੇ, ਪਰ ਫਿਰ ਵੀ ਕੋਈ ਜਗ੍ਹਾ ਇਹੋ ਜਿਹੀ ਹੈਗੀਆਂ ਨੇ ਜਿੱਥੇ ਨਹੀਂ ਪਤਾ ਲੱਗਦਾ ਕਿ ਕੌਣ ਕੀ ਕਰ ਰਿਹਾ, ਅਤੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਵੀ ਜਾਗਰੂਕ ਰਹਿਣ ਅਤੇ ਅਸੀਂ ਵੀ ਜਾਗਰੂਕ ਰਹਿਣ।